ਅੱਜ ਮਲੇਰਕੋਟਲਾ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਮਲੇਰਕੋਟਲਾ ਦੇ ਗਰੇਵਾਲ ਚੌਂਕ ਵਿੱਚ ਇਕੱਠੇ ਹੋ ਕੇ ਧਰਨਾ ਲਗਾਇਆ ਗਿਆ। ਇਹ ਧਰਨਾ ਬਹੁਤ ਹੀ ਵਧੀਆ ਢੰਗ ਸ਼ਾਂਤਮਈ ਨਾਲ ਚੱਲਦਾ ਰਿਹਾ। ਧਰਨੇ ਵਿੱਚ ਆਏ ਲੋਕਾਂ ਨੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਗੱਲਬਾਤ ਕਰਾਂਗੇ ਧਰਨੇ ਵਿੱਚ ਆਏ ਲੋਕਾਂ ਦੇ ਨਾਲ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਦਿਲਦਾਰ ਹੁਸੈਨ, ਦਿਲਦਾਰ ਗਲੋਬਲ ਨਿਊਜ਼, ਮਲੇਰਕੋਟਲਾ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹੈ ਜੀ ਰਜਿੰਦਰ ਸਿੰਘ। ਅੱਜ ਤੁਸੀਂ ਧਰਨੇ ਦੇ ਵਿੱਚ ਜਿਹੜਾ ਸ਼ਾਮਿਲ ਹੋਏ ਹੋ, ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਸਾਡਾ ਪਿੰਡ ਹੈ ਜੀ ਮਹਾਮਦਗੜ੍ਹ, ਸੰਗਾਲੇ ਦੇ ਕੋਲ। ਸਰ, ਜੇ ਤੁਹਾਡੀਆਂ ਮੋਦੀ ਸਰਕਾਰ ਕੋਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤੁਸੀਂ ਕੀ ਕਰੋਗੇ? ਅਗਲਾ ਸਟੈਪ ਕੀ ਹੈ ਜੀ? ਫਿਰ ਦਿੱਲੀ ਨੂੰ ਜਾਵਾਂਗੇ। ਹੁਣ ਅੱਜ ਇੱਥੇ ਬੈਠੇ, ਪਹਿਲਾਂ ਦਿੱਲੀ ਬੈਠੇ ਨੇ ਸਾਡੇ ਤੇ ਹੁਣ ਫਿਰ ਅੱਧੇ ਜਿਹੜੇ ਬੈਠੇ ਗਏ, ਅਸੀਂ ਵੀ ਦਿੱਲੀ ਜਾਵਾਂਗੇ। ਸਰ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਬਿੱਕਰ ਸਿੰਘ ਬਿੱਕੀ ਹੈ, ਪਿੰਡ ਦਲੇਲਗੜ੍ਹ, ਤਸੀਮ ਮੇਕੋਲਾ, ਜ਼ਿਲ੍ਹਾ ਸੰਗਰੂਰ। ਇਹ ਸੰਘਰਸ਼ ਤਕਰੀਬਨ 2.5 ਤੋਂ 3 ਮਹੀਨਿਆਂ ਤੋਂ ਚੱਲਦਾ ਆਉਂਦਾ। ਅਸੀਂ ਪੰਜਾਬ ਦੇ ਵਿੱਚ ਬਹੁਤ ਰੋਸ ਮਾਰਚ ਕੀਤਾ, ਟ੍ਰੇਨਾਂ ਰੋਕੀਆਂ, ਰੋਡ ਜਾਮ ਕੀਤੇ, ਪਰ ਜਿਹੜੀ ਸੈਂਟਰ ਸਰਕਾਰ ਸੀ ਉਹਦੇ ਸਿਰ ਦੀ ਜੂੰ ਜਮੀ ਨਹੀਂ ਸਰਕੀ। ਮੋਦੀ ਸਾਨੂੰ ਕਹਿ ਰਿਹਾ ਵੀ ਜਿਹੜੇ 3 ਕਾਨੂੰਨ ਲੈ ਕੇ ਆਏ ਆ ਉਹ ਤੁਹਾਡੇ ਫਾਇਦੇਮੰਦ ਨੇ, ਕਿਉਂਕਿ ਕਿਸਾਨ ਇਹ ਗੱਲ ਕਹਿ ਰਿਹਾ ਵੀ ਜਿਹੜੇ ਤੁਸੀਂ 3 ਕਾਨੂੰਨ ਲੈ ਕੇ ਆਏ ਹੋ ਇਹ ਸਾਨੂੰ ਨੁਕਸਾਨ ਦਿੰਦੇ ਨੇ। ਜਦੋਂ ਕਿਸਾਨ ਹੀ ਕਹਿ ਰਿਹਾ ਵੀ ਸਾਨੂੰ ਜਿਹੜੇ ਤੁਸੀਂ 3 ਕਾਨੂੰਨ ਲੈ ਕੇ ਆਏ ਹੋ ਉਹ ਸਾਨੂੰ ਮਾਫਕ ਨਹੀਂ ਹੈਗੇ, ਤਾਂ ਮੋਦੀ ਸਰਕਾਰ ਨੂੰ ਮੰਨਣਾ ਚਾਹੀਦਾ। ਸਰ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜਸਵੀਰ ਸਿੰਘ, ਪਿੰਡ ਹਸੈਨਪੁਰ ਆ ਜੀ। ਅਸੀਂ ਪਹੁੰਚਿਆ ਜੀ, ਅਸੀਂ ਆਪਦੇ ਹੱਕਾਂ ਲਈ ਲੜਨੇ ਆ, ਕਾਲੇ ਕਾਨੂੰਨ ਵਾਪਸ ਕਰਾਉਣੇ ਨੇ, ਆਪਦੀ ਮਾਂ ਜਿਹੜੀ ਜ਼ਮੀਨ ਆ ਸਾਡੀ ਉਸ ਨੂੰ ਵਿੱਚੋਂ ਦਾ ਕਿਹਨੂੰ ਬਣਨ ਨਹੀਂ ਦੇਵਾਂਗੇ। ਆਪਦੇ ਹੱਕ ਲੈ ਕੇ ਛੱਡਾਂਗੇ, ਜਿੱਥੇ ਤੱਕ ਮੋਦੀ ਨੇ ਭੱਜਣਾ ਭੱਜ ਲਏ, ਪਿੱਛੇ ਨਹੀਂ ਮੁੜਦੇ। ਇਸੇ ਤਰ੍ਹਾਂ ਹੀ ਸਾਡੇ ਦਿੱਲੀ ਵੀ, ਸਾਡੇ ਪਿੰਡੋਂ ਟਰਾਲੀਆਂ ਜਾਂਦੀਆਂ ਨੇ, ਦਿੱਲੀ ਵੀ ਉੱਥੇ ਪੂਰਾ ਚੜ੍ਹਦੀ ਕਲਾ ਵਿੱਚ ਸਾਡੇ ਧਰਨੇ ਚੱਲ ਰਹੇ ਨੇ, ਉੱਥੋਂ ਵੀ ਨਹੀਂ ਅਸੀਂ ਵਾਪਸ ਮੁੜਦੇ ਜਿੰਨਾ ਚਿਰ ਸਾਡੇ ਹੱਕ ਨਹੀਂ ਮੁੜਦੇ। ਜਥੇਬੰਦੀਆਂ ਸਾਡੀਆਂ ਪੰਜਾਬ ਦੀਆਂ ਨੇ ਬਾਕੀ ਬਾਹਰਲੀਆਂ ਜਥੇਬੰਦੀਆਂ ਨੇ ਜਿੰਨੀਆਂ ਹੈਗੀਆਂ ਭਾਰਤ ਦੀਆਂ ਚੱਲ ਰਹੀਆਂ ਨੇ ਹੁਣ ਜਿੰਨਾ ਚਿਰ ਮੋਦੀ ਮੰਨਦਾ ਨਹੀਂਗਾ ਉਹਨਾਂ ਚਿਰ ਜੋ ਸੰਘਰਸ਼ ਆ ਅਜੇ ਤਾਂ ਸਟਾਰਟ ਕੀਤਾ, ਇਸ ਤੋਂ ਵੀ ਲੰਬੇ ਹੋਣੇ ਨ
ਸਹਿਕਾਰੀ ਸਭਾ ਦਾ ਪ੍ਰਧਾਨ ਹੈਗਾ ਕਮਲਜੀਤ ਸਿੰਘ। ਹਾਂਜੀ ਸਰ, ਤੁਹਾਡਾ ਨਾਮ ਕੀ ਹੈ ਜੀ? ਹਰਦੀਪ ਸਿੰਘ ਜੀ। ਕਿਹੜੇ ਪਿੰਡ ਤੋਂ ਆਏ? ਪਿੰਡ ਦੇਲਗੜ੍ਹ ਤੋਂ ਜੀ। ਅੱਜ ਦਾ ਤੁਹਾਡੇ ਧਰਨੇ ਵਿੱਚ ਆਉਣ ਦਾ ਕੀ ਮਕਸਦ ਸੀਗਾ ਜੀ? ਬਾਈ ਜੀ, ਮਕਸਦ ਦਾ ਤਾਂ ਆਪਾਂ ਸਾਰਿਆਂ ਨੂੰ ਪਤਾ ਹੈਗਾ, ਜਿਵੇਂ ਲਾ ਲਓ 3 ਮਹੀਨੇ ਤੋਂ ਮੋਦੀ ਸਰਕਾਰ ਨੇ ਜਿਹੜੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹੈਗੇ ਜੀ, ਅਸੀਂ ਉਹਦੇ ਵਿਰੋਧ ਵਿੱਚ ਇੱਕ ਇਕੱਲੇ ਕਿਸਾਨ ਨਹੀਂ, ਇਹ ਲਾ ਲਓ ਵੀ ਹਰੇਕ ਕਿਰਤੀ ਇੱਥੇ ਇਕੱਠਾ ਹੋ ਰਿਹਾ ਇਹਨਾਂ ਧਰਨੇ ਦੇ ਵਿੱਚ ਜੀ। ਅਸੀਂ ਉਹ ਬਿੱਲ ਵਾਪਸ ਕਰਾਉਣ ਦੀ ਜਿੱਦ ਫੜੀ ਬੈਠੇ ਹਾਂ, ਵਾਪਸ ਕਰਾਵਾਂਗੇ ਕਿਉਂਕਿ ਲੋਕ ਮਾਰੂ ਬਣਨੇ ਜੀ। ਦੇਖੋ ਜੀ, ਸਾਡੀ ਯੂਨੀਅਨ 3 ਵਜੇ ਤੱਕ ਦਾ ਸੱਦਾ ਗਾ ਜੀ, 3 ਵਜੇ ਤੱਕ ਅਸੀਂ ਅੱਜ ਪ੍ਰੋਪਰ ਇਹਨੂੰ ਬੰਦ ਰੱਖਾਂਗੇ, ਉਸ ਤੋਂ ਬਾਅਦ ਬਾਕੀ ਜਿਵੇਂ ਸਾਡੀ ਹਾਈ ਕਮਾਂਡ ਦਾ ਆਰਡਰ ਆਊਗਾ, ਹੁਕਮ ਆਊਗਾ, ਉਹਦੇ ਮੁਤਾਬਕ ਅਸੀਂ ਗਾ। ਦੇਖੋ ਮੈਂ ਪਹਿਲੇ ਕਹਿ ਚੁੱਕਿਆ ਵੀ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ, ਹਰੇਕ ਕਿਰਤੀ ਦਾ ਅੰਦੋਲਨ ਹੈ, ਸਾਰੇ ਕਿਰਤੀ ਸਾਡੇ ਨਾਲ ਨੇ, ਪੂਰੀ ਤਰ੍ਹਾਂ ਡਟੇ ਰੱਖਾਂਗੇ, ਸਾਡੇ ਬਜ਼ੁਰਗ ਸਾਡੇ ਬੱਚੇ ਜਿਸ ਤਰ੍ਹਾਂ ਮੁਸਲਮਾਨ ਤੁਹਾਡੇ ਨਾਲ ਲੱਗੇ ਹੋਏ ਨੇ, ਕੱਲ ਨੂੰ ਉਹਨਾਂ ਨੂੰ ਕੋਈ ਦੁੱਖ ਹੋ ਗਿਆ ਕੀ ਤੁਸੀਂ ਉਹਨਾਂ ਨਾਲ ਲੱਗੋਗੇ? ਦੇਖੋ ਜੀ, ਸਿੱਖ ਕੌਮ ਤਾਂ ਪਹਿਲਾਂ ਤੋਂ ਹੀ ਹਮੇਸ਼ਾ ਜੇ ਆਪਾਂ ਕਹੀਏ ਵੀ ਜ਼ੁਲਮ ਦੇ ਖਿਲਾਫ ਰਹੀ ਆ ਗਈ, ਤੁਸੀਂ ਦੇਖਿਆ ਹੋਣਾ ਪਹਿਲਾਂ ਕਿੰਨੇ ਗਾਂਹ ਨੂੰ ਹੋਣੇ ਜਾਂ ਇੰਨੇ ਸੀ ਇਹਦੇ ਵਿਰੁੱਧ ਵੀ, ਅਸੀਂ ਸਿੱਖ ਭਾਈਚਾਰੇ ਨੇ ਬਹੁਤ ਵੱਧ ਕੇ ਸਾਥ ਦਿੱਤਾ, ਸਾਡੇ ਖਾਲਸਾ ਡੇਰੇ ਰਵੀ ਖਾਲਸਾ ਜੀ ਜਾ ਕੇ ਅਫਗਾਨ ਦੇ ਵਿੱਚ ਲਾ ਲਓ ਕਿ ਦੁਬਈ ਦੇ ਵਿੱਚ ਵੱਖ ਵੱਖ ਸਟੇਟਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਜਾ ਕੇ ਸੇਵਾ ਕਰ ਰਹੇ ਨੇਗੇ, ਸਿੱਖ ਕੌਮ ਹਮੇਸ਼ਾ ਦਰਦੇ ਨਾਲ ਖੜੀ ਆ ਜੀ। ਇਹ ਨਹੀਂ ਗੱਲ ਹੈਗਾ ਵੀ ਅਸੀਂ ਕਦੇ ਇਹਦਾ ਵਿਰੋਧ ਕਰਾਂਗੇ, ਕਿਉਂਕਿ ਸਾਡਾ ਸਹਿਰ ਹੀ ਸਿੱਖ ਭਾਈਚਾਰਾ ਹੈਗਾ, ਲਾ ਲਓ ਜੀ ਇੱਕ ਭਾਈਚਾਰਕਾ ਵਾਲਾ ਸਹਿਰ ਹੈਗਾ, ਮਲੇਰਕੋਟਲਾ ਸਹਿਰ ਸਾਡਾ। ਸਰ, ਸਾਰੇ ਹਿੰਦੂ ਮਾੜੇ ਨੇ, ਕੁਛ ਹਿੰਦੂ ਆਪਣੇ ਨਾਲ ਵੀ ਲੱਗੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਦੇਖੋ ਅਸੀਂ ਹਿੰਦੂਆਂ ਦੇ ਵਿਰੋਧੀ ਨਹੀਂ, ਅਸੀਂ ਬਿੱਲਾਂ ਦੇ ਵਿਰੋਧ 'ਚ ਹਾਂ ਜੀ, ਅਸੀਂ ਹਿੰਦੂਆਂ ਦੇ ਵਿਰੋਧ 'ਚ ਨਹੀਂ ਹੈਗੇ, ਕਿਸੇ ਕਮਿਊਨਿਟੀ ਦੇ ਵਿਰੋਧ 'ਚ ਨਹੀਂ, ਅਸੀਂ ਬਿੱਲਾਂ ਦਾ ਵਿਰੋਧ ਕਰ ਰਹੇ ਹਾਂ ਜੋ ਕਿ ਸਾਡੇ ਕਿਸਾਨ ਮਾਰੂ ਨੀਤੀਆਂ ਦੇ ਨਾਲ ਖੜੇ ਨੇਗੇ, ਅਸੀਂ ਉਹ ਬੰਦਿਆਂ ਦਾ ਵਿਰੋਧ ਕਰ ਰਹੇ ਹਾਂਗੇ। ਇਹ ਕੋਈ ਠੀਕ ਹੈ ਭੈਣ ਮੇ ਕੋਈ ਨਹੀਂ ਹੈਗਾ,
ਠੀਕ ਹੈ, ਇਹ ਬਿਨਾਂ ਦੇ ਵਿਰੁੱਧ ਸਿਰਫ ਹੋ ਰਿਹਾ ਹੈਗਾ, ਇਹ ਕੋਈ ਹੈ ਨਹੀਂ ਹੈਗਾ ਵੀ ਅਸੀਂ ਕਿਸੇ ਧਰਮ ਦੇ ਵਿਰੁੱਧ ਧਰਨੇ ਲਾ ਰਹੇ ਹਾਂਗੇ, ਅਸੀਂ ਸਿਰਫ ਅਸੀਂ ਬੋਲਿਆ ਜਿਹੜੇ ਮਾਰੂ ਮੇਲੇ ਕਿਸਾਨ ਮਾਰੂ ਬਿੱਲ ਉਹਨਾਂ ਦੇ ਖਿਲਾਫ਼ ਬੋਲ ਰਹੇ ਹਾਂਗੇ, ਠੀਕ ਹੈ, ਹਿੰਦੂ ਮੁਸਲਿਮ ਸਿੱਖ ਅਸੀਂ ਸਾਰੇ ਇਕੱਠੇ ਹਾਂਗੇ ਵੀ ਇਹ ਸਾਰੇ ਭਾਈ ਨੇ ਗੇ, ਠੀਕ ਹੈ, ਤੇ ਇਹ ਸੂਝ ਬੂਝ ਨਾਲ ਕਰ ਰਿਹਾ ਜੀ, ਅਸੀਂ ਇਹ ਨਹੀਂ, ਜੋਸ਼ ਦੇ ਨਾਲ ਸਾਡੇ 'ਚ ਹੋਸ਼ ਵੀ ਵੱਧ ਕੇ ਨੇ ਜੀ, ਪੂਰੇ ਹੋਸ਼ ਵਸ ਤੋਂ ਕੰਮ ਲਿਆ ਰਹੇ ਹਾਂ, ਸਾਡੀ ਹਾਈ ਕਮਾਂਡ ਚਾਹੇ 70 ਉਹ ਕਰ ਲਓ ਜੀ, ਪਾਣੀ ਦੇ ਵਿਛਾੜਾਂ ਪਾ ਲਈਆਂ, ਕੋਈ ਹੋਸ਼ ਨਹੀਂ ਖੋਇਆ, 2-4% ਲਾ ਲਓ ਵਿੱਚ ਬੰਦੇ ਇਸ ਤਰ੍ਹਾਂ ਦੇ ਆ ਪੜਦੇ ਹੈਗੇ, ਜਾਂ ਸਰਕਾਰਾਂ ਹੀ ਲਾ ਲਓ ਕੁਝ ਹਰਕਤਾਂ ਕਰਦੀਆਂ ਨੇ ਬੰਦੇ ਨੂੰ ਵਿੱਚ ਐਂਟਰ ਕਰ ਦਿੰਦੀਆਂ ਨੇਗੀਆਂ ਵੀ ਜਾ ਕੇ ਤੁਸੀਂ ਇਸ ਤਰ੍ਹਾਂ ਦਾ ਕੋਈ ਭੜਕਾਵਾਜੀ ਕਰੋ ਤਾਂ ਕਿ ਸਰਕਾਰ ਕਿਸਾਨੀ ਅੰਦੋਲਨ ਦੇ ਖਿਲਾਫ਼ ਹੋ ਜਾਏ। ਸਰ ਪਹਿਲਾਂ ਵੀ ਇੱਕ ਇਸ ਤਰ੍ਹਾਂ ਵਾਕਿਆ ਜਿਹੜਾ ਬੰਦਾ ਪਹਿਲਾਂ ਪੱਥਰ ਮਾਰਿਆ ਸੀ ਪੁਲਿਸ ਵਾਲਿਆਂ ਦੇ ਉੱਪਰ, ਉਹ RSS ਦਾ ਬੰਦਾ ਦੇਖਿਆ ਗਿਆ ਸੀ, ਕੀ ਕਹਿਣਾ? ਬਿਲਕੁਲ ਜੀ, ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਵੀ ਮੋਦੀ ਸਰਕਾਰ ਇਸ ਤਰ੍ਹਾਂ ਦੀਆਂ ਕੁਝ ਹਰਕਤਾਂ ਕਰ ਰਹੀ ਹੈ ਇਸ ਅੰਦੋਲਨ ਨੂੰ ਫੇਲ ਕਰਨ ਲਈ, ਪਰ ਅਸੀਂ ਉਹਨਾਂ ਨੂੰ ਇਸ ਮਨਸੂਬੇ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ, ਕਿਉਂਕਿ ਸਾਡੇ ਨੇਤਾ ਲੀਡਰ ਜਿਹੜੇ ਬੈਠੇ ਆ ਬਹੁਤ ਹੀ ਸੰਮਾ ਨਾਲ ਬੈਠੇ ਹੋਏ ਜੀ, ਕੋਈ ਇਸ ਤਰ੍ਹਾਂ ਦਾ ਨਹੀਂ, ਚਾਹੇ ਉਹਨਾਂ ਨੂੰ ਕੋਈ ਕੁਛ ਕਹੇ, ਅਸੀਂ ਆਪਣਾ ਸਾਤਵੇਂ ਸੰਘਰਸ਼ ਕਰ ਰਹੇ ਹਾਂ, ਆਪਣੀ ਜਿੱਦ ਤੇ ਅੜੇ ਹੋਏ ਹਾਂ, ਅਸੀਂ ਇਸੇ ਅੰਦੋਲਨ ਰਾਹੀਂ ਆਪਣੇ ਹੱਕ ਮੰਗਾਂਗੇ। ਦੇਖੋ ਐਂਡ ਤੇ ਜਾ ਕੇ ਦੇਖਾਂਗੇ, ਪਰ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਇਹ ਕੌਮ ਹੈਗੀ ਇਹ ਕਿਸ ਤਰ੍ਹਾਂ ਦੀ ਕੌਮ ਆ, ਜ਼ੁਲਮਾਂ ਕਰਦੀ ਵੀ ਨਹੀਂ ਤਾਂ ਸਹਿੰਦੀ ਵੀ ਨਹੀਂ, ਹੋ ਸਕਿਆ ਜੇ ਸਰਕਾਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਊਗੀ ਤਾਂ ਮਜ਼ਬੂਰਨ ਜਵਾਨਾਂ ਨੂੰ ਸ਼ਾਇਦ ਕੋਈ ਇਸ ਤਰ੍ਹਾਂ ਦਾ ਰਾਹ ਅਪਣਾਉਣਾ ਪੈ ਜਾਵੇ, ਪਰ ਚਾਹੁੰਦਾ ਵੀ ਪਰਮਾਤਮਾ ਕਰੇ ਇਸ ਚੀਜ਼ ਦੀ ਨੌਬਤ ਨਾ ਆਵੇ। ਅੱਜ ਸਾਡੇ ਨਾਲ ਤੁਸੀਂ ਇਹ ਲਾ ਲਓ, ਸਾਡੇ ਫੌਜੀ ਭਰਾ ਲਾ ਲਓ, ਸਾਡੇ ਹਰੇਕ ਵਰਗ ਦੇ ਲੋਕ ਸਾਡੇ ਨਾਲ ਆ ਕੇ ਖੜੇ ਹੋ ਗਏ ਜੀ, ਇੱਕ ਇਕੱਲੇ ਪੰਜਾਬ ਨੇ ਸਾਰੀ ਸਟੇਟ ਪੈਦਾ ਕਰ ਖੜੀਆਂ ਕਰ ਲਈਆਂ ਨਾਲ ਆਪਣੇ ਜੀ, ਰਾਜਸਥਾਨ ਲਾ ਲਓ, ਯੂਪੀ ਲਾ ਲਓ, ਮਹਾਰਾਸ਼ਟਰ ਲਾ ਲਓ, ਸਾਰੀਆਂ ਸਟੇਟਾਂ 'ਚ ਸਪੋਰਟ 'ਚ ਖੜੀਆਂ ਹੋ ਗਈਆਂ, ਠੀਕ ਹੈ ਜੀ, ਇਹ ਅੰਦੋਲਨ ਇੰਨਾ ਵਧੀਆ ਹੋ ਗਿਆ, ਮੈਂ ਕਹਿੰਦਾ ਇਸ ਤੋਂ ਵਿੱਚੋਂ ਹੀ ਕ੍ਰਾਂਤੀ ਪੈਦਾ ਹੋ ਗਈ, ਪੰਜਾਬ ਨੂੰ ਪਹਿਲੇ ਕ੍ਰਾਂਤੀਕਾਰੀਆਂ ਦੀ ਧਰਤੀ ਕਿਹਾ ਜਾਂਦਾ, ਇੱਕ ਨਵੀਂ ਕ੍ਰਾਂਤੀ ਅੱਜ ਇੱਥੋਂ ਪੈਦਾ ਹੋਈ ਹੈਗੀ, ਨਵੇਂ ਯੁੱਗ ਦਾ ਦੌਰ ਸ਼ੁਰੂ ਹੋਇਆ। ਪਹਿਲੀ ਵਾਰ ਹੋਇਆ ਇਸ ਵਾਰ ਮੋਦੀ ਪਿੱਛੇ ਨਾ ਹਟਿਆ, ਫਿਰ ਅੱਗੇ ਨੂੰ ਬਹੁਤ ਦੁੱਖ ਧੱਲਣੇ ਪੈਣਗੇ ਪਬਲਿਕ ਨੂੰ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੋਦੀ ਨੂੰ ਹਟਣਾ ਪੈਣਾ, ਸਰਕਾਰ ਨੂੰ ਹਟਣਾ ਪੈਣਾ, ਕਿਉਂਕਿ ਇੱਕ ਆਰਥਿਕ ਵਿਵਸਥਾ ਵੀ ਇੰਨੀ ਡਾਮਾਡੋਲ ਹੋ ਚੁੱਕੀ ਹੈ ਦੇਸ਼ ਦੀ, ਸਾਡੀ GDP ਤੁਸੀਂ ਇਹ ਲਾ ਲਓ -9% ਦੇ ਬਾਕੀ, ਜਿਹੜੀ +14 ਤੋਂ ਆ ਕੇ -9 ਚ ਚਲੀ ਗਈ ਜੀ, ਹੋਰ ਲਈ ਸਾਡੇ ਵਾਸਤੇ ਤੂੰ ਸ਼ਰਮਨਾਕ ਗੱਲ ਕੀ ਆ, ਆਲ ਵਰਲਡ ਮੋਦੀ ਦਾ ਵਿਰੋਧ ਕਰ ਰਿਹਾ ਜੀ, ਠੀਕ ਹੈ, ਮੋਦੀ ਤਾਂ ਪਹਿਲੇ ਕਹਿ ਰਿਹਾ ਵੀ ਮੈਂ ਕੁਛ ਇਹਦੇ ਵਿੱਚ ਸੋਧਾ ਕਰ ਦਿੰਦਾ, ਪਰ ਸਾਡੀਆਂ ਜਥੇਬੰਦੀਆਂ ਕਹਿੰਦੀਆਂ ਅਸੀਂ ਸੋਧ ਨਹੀਂ ਕਰਾਉਣੀ, ਅਸੀਂ ਇਹਨੂੰ ਪ੍ਰੋਪਰ ਬੈਕ ਕਰਾਉਣਾ, ਵਾਪਸ ਕਰਾਉਣਾ। ਸਰ ਜਿੰਨੀਆਂ ਵੀ ਮੋਦੀ ਨੇ ਕੋਈ ਨੀਤੀਆਂ ਅਪਣਾਈਆਂ ਸਾਰੀਆਂ ਇਹ ਹਿੰਦੂ ਰਾਸ਼ਟਰ ਬਣਾਉਣ ਲਈ ਹੈ, ਇਹ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਸਰ, ਅੱਜ ਤੱਕ ਜਦੋਂ ਵੀ ਭਾਜਪਾ ਸਰਕਾਰ ਆਈ ਆ ਹਮੇਸ਼ਾ ਜਾਤੀਵਾਦ ਦੀ ਬੋਲ ਆਉਂਦੀ ਰਹੀ ਆ ਉਹਦੇ ਵਿੱਚੋਂ, ਬਟ ਮੋਦੀ ਦੇ ਆਉਣ ਨਾਲ ਤਾਂ ਜ਼ਿਆਦਾ ਹੀ ਕੁਛ ਹੋ ਗਿਆ। ਮੋਦੀ ਦਾ ਕੋਈ ਵੀ ਕੰਮ ਲੈ ਲਓ ਜੀ, GST ਲੈ ਲਓ, ਆਪਣੇ ਨੋਟਬੰਦੀ ਲੈ ਲਓ ਜੀ, ਮੈਂ ਕਹਿੰਦਾ ਇਸ ਪਾਸੇ ਨੂੰ ਉਹ ਪੈਸਾ ਖਰਚ ਕਰ ਰਿਹਾ, ਪਬਲਿਕ ਦਾ ਪੈਸਾ ਲਾ ਲਓ, ਜਿਵੇਂ ਪਟੇਲ ਦੀ ਮੂਰਤੀ ਲਾ ਲਈ, ਠੀਕ ਆ, ਉਹ ਮੂਰਤੀਆਂ ਦਾ ਭਾਵ ਉੱਥੇ ਹੁੰਦਾ ਕਿ ਹਾਂ ਸਾਡੀ GDP ਬਰਕਰਾਰ ਖੜੀ ਆ, ਸਾਡੇ ਦੇਸ਼ ਦੀ ਆਰਥਿਕ ਸਥਿਤੀ ਬਹੁਤ ਸਟਰੋਂਗ ਆ, ਅਸੀਂ ਰੀਸਾ ਕਰ ਰਹੇ ਹਾਂ ਉਹ ਪਾਵਰਫੁਲ ਜਿਹੜੇ ਪਾਵਰਾਂ ਨੇ ਗੀਆਂ ਅਮਰੀਕਾ ਵਰਗੇ ਦੇਸ਼ਾਂ ਦੀਆਂ, ਬਟ ਅਸੀਂ ਆਰਥਿਕ ਪੱਖੋਂ ਕੰਗਾਲ ਆਂਗੇ, ਸਾਡੀ ਗਰੀਬੀ ਦਾ ਨੰਗ ਨਹੀਂ ਢੱਕਿਆ ਜਾ ਰਿਹਾ, ਸਭ ਤੋਂ ਭੁੱਖੇ ਲੋਕ ਸੌਂਦੇ ਆਗੇ ਸੜਕਾਂ ਤੇ, ਠੀਕ ਹੈ ਜੀ, ਸਿਆਲਾਂ ਵਿੱਚ ਠਰਦੇ ਆਗੇ, ਅਸੀਂ ਉਹਨਾਂ ਵਾਸਤੇ ਸਾਡਾ ਧਿਆਨ ਨਹੀਂ ਜਾ ਰਿਹਾ, ਬਟ ਅਸੀਂ ਕੀ ਆ, ਇੱਕ ਆਪਣਾ ਰਾਜਕੰਮ ਕਰਨ ਖਾਤਰ, ਇੱਕ ਹਿੰਦੂ ਰਾਸ਼ਟਰ ਬਣਾਉਣ ਖਾਤਰ ਹੀ ਕੁਛ ਕਰ ਰਹੇ ਹਾਂ, ਪਬਲਿਕ ਦਾ ਕਾਣ ਹੋ ਰਿਹਾ, ਪੂਰੇ ਹਿੰਦੁਸਤਾਨ ਦੀ ਪਬਲਿਕ ਇਹਨੂੰ ਵਿਰੋਧ ਕਰ ਰਹੀ ਹੈ, ਬਾਹਰਲੀਆਂ ਜਿੰਨੀਆਂ ਵੀ ਵਰਲਡ ਦੀਆਂ ਕੰਟਰੀਆਂ ਨੇ ਉਹ ਵੀ ਕਰ ਰਹੇ ਨੇ, ਐਸਾ ਕਿਹੜਾ ਪ੍ਰੈਸਰ ਹੈ ਜਿਹੜਾ ਵਾਪਸ ਨਹੀਂ ਲੈ ਰਹੇ? ਦੇਖੋ ਜੀ, ਸਭ ਤੋਂ ਵੱਡਾ ਪ੍ਰੈਸਰ ਤਾਂ ਇਹੀ ਹੈ ਜਿਹੜਾ ਅਸੀਂ ਅੰਡਰ ਟੇਬਲ ਸਮਝੌਤਾ ਕਰ ਲੈਂਦੇ ਹਾਂ, ਰਿਸ਼ਵਤਾਂ ਲੈ ਲੈਂਦੇ ਹਾਂ, ਹੁਣ ਇਹ ਜੱਗ ਜ਼ਾਹਰ ਹੋ ਚੁੱਕਿਆ ਕਿ ਮੋਦੀ ਨੇ 60,000 ਕਰੋੜ ਦੀ ਰਿਸ਼ਵਤ ਲਈ ਆ, ਇੱਕ ਬੱਚੇ ਨੂੰ ਵੀ ਇਹ ਪਤਾ ਲੱਗ ਚੁੱਕਿਆ ਹੈਗਾ ਕਿ ਸਾਡਾ ਜਿਹੜਾ ਹੈਗੇ ਜਜ਼ਬਾਤੀ ਸਾਡੀ ਕਿਸਾਨੀ ਵੇਚੀ ਗਈ ਆ, ਹੁਣ ਮੋਦੀ ਉਹ ਦੋ ਧਿਰ ਤਾਕੜੀਆਂ ਕੋਪਰੇਟ ਘਰਾਣਾ ਦਾ ਥੱਲੇ ਝੁੱਕਿਆ ਹੋਇਆ, ਨਾ ਕਿ ਮੋਦੀ ਉਹਨਾਂ ਦੇ ਉੱਪਰ ਬੈਠਾ ਹੈਗਾ, ਮੋਦੀ ਦੀ ਮਜਬੂਰੀ ਬਣੀ ਪਈ ਆ, ਠੀਕ ਹੈ ਜੀ, ਮੋਦੀ ਨੇ ਤਾਂ ਆਪੇ ਰਿਸ਼ਵਤ ਲਈ ਆ ਕਿ ਉਹਦਾ ਵਾਪਸ ਮੁੜਨਾ ਬਹੁਤ ਔਖਾ ਜੀ। ਅੰਬਾਨੀ ਅਡਾਨੀਆਂ ਨੇ ਕਰਾਇਆ।